ਮੈਂ ਨਹੀਂ ਕਹਿੰਦਾ ਕਿਸੇ ਨੂੰ ਚੰਗਾ, ਸਭ ਚੰਗੇ ਲੋਕ ਹੁੰਦੇ ਆ ਯਾਰ, ਆਪਾਂ ਮਗਰ ਜਿੱਥੇ ਗਿੱਦੜਵਾਲੀ ਸਾਰੀ ਕਰੀਮ ਬੈਠੀ ਹੈ, ਇੱਥੋਂ ਦੇ ਹੀ ਲੋਕ ਜਿਹੜੇ ਫਾਟਕ ਤੋਂ ਪਾਰ ਰਹਿੰਦੇ, ਜਿਹੜੇ ਇੱਥੇ ਕਾਰੋਬਾਰ ਕਰਦੇ ਹੈ, ਚਾਹੇ ਉੱਧਰ ਸੁਭਾਸ਼ ਨਗਰ ਚਾਹੇ ਕਿੱਧਰ ਵੀ, ਉਹ ਇੱਥੋਂ ਦੇ ਹੀ ਲੋਕ ਹੈ। ਉਹਨਾਂ ਦੇ ਸਾਰਿਆਂ ਦੇ ਕਾਰੋਬਾਰ ਆ ਚਾਰ ਦੀਵਾਰੀ ਦੇ ਅੰਦਰ ਹੈ, ਜਿੰਨੇ ਵੀ ਗਿੱਦੜਵਾਲੀ ਲੋਕ ਹੈ, ਇਹੀ ਗੱਲ ਹੈ। ਸੋ ਇਸ ਵਾਸਤੇ ਕਿਸੇ ਨੇ ਇਦੋਂ ਪਹਿਲਾਂ ਕੰਮ ਨਹੀਂ ਕੀਤਾ, ਇੱਕ ਰੁਪਿਆ ਨਹੀਂ ਸੀ, ਠੀਕ ਹੈ, ਆਹ ਬਲਾਤਾ ਗਲੀ ਕੋਈ ਉਹ ਬਣਾਤੀ ਦੋ। 3.5 ਕਰੋੜ ਰੁਪਏ ਦਾ SDO ਸਾਹਿਬ, JE ਸਾਹਿਬ ਤੇ EO ਸਾਹਿਬ ਇੱਥੇ ਬੈਠੇ ਹੈ, ਠੇਕੇਦਾਰ ਕੌਣ ਹੈ, ਕਿਹੜਾ ਠੇਕੇਦਾਰ, ਕਿੱਥੋਂ ਤੁਸੀਂ, ਬਠਿੰਡੇ ਤੋਂ, ਕੀ ਨਾਂ ਹੈ ਤੁਹਾਡਾ, ਵਿਪਨ ਕੁਮਾਰ। 3.5 ਕਰੋੜ ਰੁਪਏ ਦਾ ਟੈਂਡਰ ਹੋਇਆ, ਸਾਰੀ ਅੰਦਰਲੀ ਬਜ਼ਾਰੀ, ਸਾਰੀ ਬਾਹਰਲੀ ਬਜ਼ਾਰੀ, ਨਾ ਕਿਸੇ ਦੀ ਜਿੱਥੇ ਕਾਲੀਆਂ ਦੀ ਦੁਕਾਨ ਹੈ ਉੱਥੋਂ ਛੱਡਣਾ ਵੀ ਆਹ ਬਣਾ ਦਿਓ ਆਹ ਛੱਡ ਦਿਓ, ਚਾਰ ਛਪੇਰੇ ਇਹੋ ਜਿਹੀ ਇੰਟਰਲੋਕ ਟਾਈ ਲੱਗਣੀ, ਚਾਰ ਛਪੇਰੇ ਜਿਹੜੀ ਸ਼ੁਰੂਆਤ ਅੱਜ ਕਰਦੇ ਹਾਂ। ਲੇਕਿਨ ਮੇਰੀ ਬੇਨਤੀ ਹੈ, ਪਤਾ ਨਹੀਂ ਇਹਨਾਂ ਨੇ ਮਨਿਆਦੀ ਕਰਾਈ ਹੈ ਕਿ ਨਹੀਂ ਕਰਾਈ, ਮੈਂ ਆਖਿਆ ਕਿ